ਵੀ ਭਾਈ ਇਹ ਪ੍ਰਮੋਸ਼ਨਾਂ ਮੈਰਿਟ ਦੇ ਆਧਾਰ ਤੇ ਹੋਣਗੀਆਂ ਤਾਂ ਇਹਨਾਂ ਨੇ ਸਾਡੇ ਪੈਰਾਂ ਉੱਤੇ ਪਾਣੀ ਨਹੀਂ ਪੈਣ ਦਿੱਤਾ। ਇਹ ਆਖਦੇ ਵੀ ਸਾਡਾ ਤਾਂ ਇਤਿਹਾਸ ਗਵਾਹ ਆ, ਸਾਡੀ ਮਰਿਆਦਾ ਭੰਗ ਕਰ ਦਿਓਗੇ। ਕਹਿੰਦੇ ਹਮੇਸ਼ਾ ਜਿਹੜੀ ਪ੍ਰਮੋਸ਼ਨ ਆ ਡੇਟ ਆਫ ਜੁਆਇਨਿੰਗ ਤੋਂ ਹੁੰਦੀ ਆ, ਪਰ ਇਹਨਾਂ ਨੂੰ ਅਸੀਂ ਤਰਲੇ ਮਿੰਨਤਾਂ ਕਰਦੇ ਰਹੇ ਕਿ ਭਾਈ ਤੁਸੀਂ ਗਲਤ ਪਿਰਤ ਪਾ ਰਹੇ ਹੋ। ਪਿਰਤ ਪਾਉਣ ਵਾਲੇ ਸਾਡੇ ਬਹੁਤ ਹੀ ਸਤਿਕਾਰਯੋਗ ਸੱਜਣ, ਪੁਰਾਣਾ DO ਦਫ਼ਤਰ ਹੁੰਦਾ, ਇਹ 'ਚ ਇੱਕ ਨਿਗਾਹ ਜਿਹਾ ਕਮਰਾ ਰੱਖਿਆ ਹੋਇਆ ਇਹਨਾਂ ਨੇ ਵੀ ਜਦੋਂ ਗੱਲ ਕਹਿੰਦੇ ਸੁਲਝਾਈ ਨਾ ਜਾਵੇ ਉੱਥੇ ਟੇਬਲਾਂ 'ਤੇ ਬਿਠਾ ਲੈਂਦੇ ਸੀ ਜਾ ਕੇ। ਸਾਨੂੰ ਕਹਿੰਦੇ ਨਹੀਂ ਜੀ ਇਹ ਇੱਦਾਂ ਹੀ ਹੋਊਗਾ। ਅੱਜ ਉਹੀ ਗੱਲ 4-5 ਸਾਲ ਬਾਅਦ ਆ ਕੇ ਥੁੱਕ ਕੇ ਚੱਟ ਲਿਆ ਇਹਨਾਂ ਨੇ। ਇਹਨਾਂ ਨੂੰ ਹੁਣ ਪ੍ਰਮੋਸ਼ਨਾਂ ਮੈਰਿਟ ਦੇ ਆਧਾਰ 'ਤੇ ਕਰਨੀਆਂ ਪੈ ਰਹੀਆਂ ਨੇ, ਅਤੇ ਜੇਕਰ ਇਹ ਸਾਡੀ ਗੱਲ ਮੰਨਦੇ ਤਾਂ ਅੱਜ ਇਹ ਕੇਸ ਨਹੀਂ ਲੱਗਾ ਹੋਣਾ ਸੀ ਹਾਈਕੋਰਟਾਂ ਦੇ ਵਿੱਚ, ਕਿਉਂਕਿ ਹੱਕ ਲੈਣਾ ਸਾਰੇ ਸਾਥੀਆਂ ਦਾ ਪਹਿਲਾ ਕਦਮ ਆ, ਪਹਿਲਾ ਹੱਕ ਲੈਣਾ ਆਪਣਾ ਫਰਜ਼ ਆ, ਉਹਨਾਂ ਦੀ ਡਿਊਟੀ ਆ। ਅਤੇ ਜੇ ਸਾਡੇ ਸਾਥੀ ਕੋਰਟ ਵਿੱਚ ਚਲੇ ਵੀ ਗਏ ਤਾਂ ਉਹਨਾਂ ਨੇ ਕਿਹੜਾ ਕਿਸੇ ਨਾਲ ਧੱਕਾ ਕੀਤਾ, ਆਪਣਾ ਹੱਕ ਹੀ ਮੰਗਿਆ ਜਾ ਕੇ। ਅਤੇ ਹੁਣ ਇਹ ਕੀ ਕੀਤਾ, ਜਿਹੜੀ ਕੱਲ੍ਹ ਆਪਣੇ ਆਪਣੇ ਭੁੱਖ ਹੜਤਾਲ ਦੇ ਧਰਨੇ ਦੀ ਜਿੱਤ ਇਹ ਹੋਈ ਕਿ ਇਹਨਾਂ ਨੇ ਕੱਲ੍ਹ ਕੇਸ ਦੁਬਾਰਾ ਮੰਗ ਲਏ ਨੇ। ਪਰ ਫਿਰ ਅਸੀਂ ਉਹੀ ਗੱਲ ਕਰਦੇ ਸੀ ਕਿ ਅਫਸਰ ਤਾਂ ਚੰਗੀ ਕਰਨਾ ਚਾਹੁੰਦਾ ਆ, ਪਰ ਜਿਹੜਾ ਹੇਠਲਾ ਅਮਲਾ ਆ ਨਾ ਉਹ ਨਹੀਂ ਚੰਗੀ ਕਰਕੇ ਰਾਜੀ, ਕਿਉਂਕਿ ਇਤਿਹਾਸ ਗਵਾਹ ਆ ਜਲੰਧਰ ਦਾ, ਕਿਉਂਕਿ 3 DO ਇੱਥੇ ਖਰਾਬ ਹੋਏ ਨੇ, 3 DO ਜੇਲ੍ਹ 'ਚ ਗਏ ਨੇ, 1 DO ਦਾ ਵਿਚਾਰਾ ਸਵਰਗਾਂ 'ਚ ਬਹਿ ਗਿਆ ਸਿਰਫ ਇਹਨਾਂ ਦੀਆਂ ਨਲਾਇਕੀਆਂ ਕਰਕੇ। ਅਤੇ ਇੱਕ ਬਹੁਤ ਵੱਡਾ ਕਹਿੰਦਾ ਹੁੰਦਾ ਜੀ ਮੈਂ ਤਾਂ ਮੁੱਖ ਮੰਤਰੀ ਦਾ PA ਹਾਂ, ਮੇਰੇ ਤੋਂ DO ਕੀ, ਮੇਰੇ ਤੋਂ ਤਾਂ ਕੋਈ ਵੀ ਪੁੱਛੇ ਬਿਨਾਂ ਕੰਮ ਨਹੀਂ ਕਰ ਸਕਦਾ। ਉਹ ਬੰਦਾ ਮਤਲ ਹੋਇਆ, ਕਿਉਂ ਮਤਲ ਹੋਇਆ, ਕਿਉਂਕਿ ਸਾਡੇ ਸਾਥੀਆਂ ਦੀ ਇੱਕ ਇੱਕ ਦਿਨ ਦੀ ਤਨਖਾਹ ਉਹਨੇ ਆਪਣੇ ਰਿਸ਼ਤੇਦਾਰਾਂ ਦੇ ਖਾਤੇ 'ਚ ਪਾਲੀ। ਜਦੋਂ ਸਾਡੇ ਯੂਨੀਅਨ ਵਾਲੇ ਇਹ ਗੱਲ ਆਖਦੇ ਸੀ ਆ ਕੇ ਵੀ ਤੁਹਾਡੇ ਭਾਈ ਭ੍ਰਿਸ਼ਟਾਚਾਰ ਆ, ਉਹ ਬੰਦਾ ਭ੍ਰਿਸ਼ਟਾਚਾਰ ਕਰਦਾ, ਕਹਿੰਦੇ ਹੂੰ ਇਹ ਕਿੱਦਾਂ ਹੋ ਜੂ, ਕਹਿੰਦੇ ਅਸੀਂ ਤਾਂ ਅੱਖਾਂ ਮੀਟ ਕੇ ਉਹਨਾਂ 'ਤੇ ਵਿਸ਼ਵਾਸ ਕਰਦੇ ਹਾਂ, ਹੁਣ ਅਸੀਂ ਇਹ ਗੱਲ ਆਖਦੇ ਹਾਂ ਭਾਵੇਂ ਸਟਰੀਟ ਲਾਈਟਾਂ ਲਵਾ ਲਿਓ ਅੰਦਰ ਅੱਖਾਂ ਖੋਲ ਕੇ ਸਾਈਨ ਕਰਿਆ ਕਰੋਗੇ। ਉਹ ਬੰਦਾ ਮਤਲ ਹੋਇਆ ਬਾਅਦ 'ਚੋਂ, ਉਸ ਬੰਦੇ ਨੇ ਲੋਕਾਂ ਦਾ GP ਫੰਡ ਆਪਣੇ ਘਰਦਿਆਂ ਦੇ ਖਾਤਿਆਂ 'ਚ ਪਾਇਆ। ਇਹ ਕਿੱਡੀ ਵੱਡੀ ਨਲਾਇਕੀ ਆ। ਮੇਰੇ ਬਲਾਕ ਦੇ ਵਿੱਚ ਕੋਈ ਮੈਡਮ ਸੀ, ਉਹ ਕੈਂਸਰ ਦੇ ਮਰੀਜ਼ ਸੀ, ਉਹਨਾਂ ਦਾ 3.5 ਲੱਖ ਰੁਪਇਆ ਪਾਸ ਹੋਇਆ। ਉਸ ਪੇ ਦੇ ਪੁੱਤ ਨੇ ਇਹ ਨਹੀਂ ਦੇਖਿਆ ਵੀ ਉਹਨਾਂ ਦੀ ਡੈਥ ਹੋ ਗਈ, ਉਹ ਵੀ ਆਪਣੇ ਵਾਈਫ ਦੇ ਖਾਤੇ 'ਚ ਸਿੱਟ ਲਿਆ। ਜਦੋਂ ਉਹਨਾਂ ਦੇ ਹਸਬੈਂਡ ਸਾਡੇ ਕੋਲ ਆਏ, ਸਾਡੀ ਯੂਨੀਅਨ ਕੋਲ, ਅਸੀਂ ਜਦੋਂ ਪੂਰੀ ਉਹਦੀ ਪੁੱਛ ਪੜਤਾਲ ਜਾ ਕੇ ਕੀਤੀ, ਉਹਦਾ ਖੁਰਾ ਕੱਢਿਆ, ਖੋਜ ਕੱਢੀ, ਤਾਂ ਪਤਾ ਇਹ ਲੱਗਾ ਕਿ ਉਸ ਬੰਦੇ ਨੇ ਤਾਂ ਮਹੀਨਾ ਪਹਿਲਾਂ ਇਹ ਕੰਮ ਕਰਾ ਕੇ ਪੈਸੇ ਵੀ ਆਪਣੇ ਖਾਤਿਆਂ 'ਚ ਪਵਾਲੇ ਆ। ਅਤੇ ਜਦੋਂ ਅਸੀਂ ਕਿਹਾ ਤੁਸੀਂ ਜਾ ਕੇ ਗੱਲ ਕਰੋ, ਉਹ ਬੜੇ ਟਿੱਡੇ ਜਿਹੇ ਦੰਦ ਕੱਢ ਕੇ ਹੱਸ ਕੇ ਕਹਿੰਦਾ ਇਹ ਕਿਹੜੀ ਗੱਲ ਹੈ, ਉਹ ਗਲਤੀ ਨਾਲ ਪੈ ਗਏ ਹੋਣੇ ਆ, ਉਹਨੇ ਚੈੱਕ ਕੱਢਿਆ ਉਸੇ ਵੇਲੇ ਦੇ ਦਿੱਤਾ ਜੀ। ਇਹ ਕਿੱਡਾ ਵੱਡਾ ਭ੍ਰਿਸ਼ਟਾਚਾਰ ਆ ਜਿਹਨੂੰ ਕੋਈ ਨੱਥ ਪਾਉਣ ਲਈ ਹਿੰਮਤ ਹੀ ਨਹੀਂ ਕਰਦਾ। ਅਸੀਂ ਫਿਰ ਇਹੋ ਗੱਲ ਆਖਦੇ ਹਾਂ ਵੀ ਜੇਕਰ ਤੁਸੀਂ ਗਵਰਨਮੈਂਟ ਟੀਚਰ ਯੂਨੀਅਨ ਦੀਆਂ ਕਹੀਆਂ ਗੱਲਾਂ ਨਹੀਂ ਮੰਨੋਗੇ ਤਾਂ ਉਹ ਦਿਨ ਦੂਰ ਨਹੀਂ ਜਿੱਦਣ ਤੁਸੀਂ ਵੀ ਉੱਦਾਂ ਦੀ ਪਦਵੀ ਪ੍ਰਾਪਤ ਕਰ ਲਓਗੇ ਜਿੱਦਾਂ ਦੀ ਪਿਛਲੇ DO ਨੇ ਪ੍ਰਾਪਤ ਕੀਤੀਆਂ ਨੇ। ਕੋਈ ਦੋ ਰਾਵਾ ਨਹੀਂ ਇਹਦੇ ਵਿੱਚ। ਜਿਹੜੀ ਇਹਨਾਂ ਨੇ ਕੱਲ੍ਹ ਲਿਸਟ ਪਾਈ ਆ, ਅੱਜ ਤੋਂ 2-3 ਵਾਰੀ ਲਿਸਟ ਸਾਡੇ ਸਾਥੀਆਂ ਨੇ ਸਹੀ ਕਰਕੇ BPO ਦਫ਼ਤਰਾਂ 'ਚ ਆਪਣੇ ਕੰਪਲੇਂਟ, ਆਪਣੇ ਜਿਹੜੇ ਕੀ ਕਹਿੰਦੇ ਹੁੰਦੇ ਉਹਨੂੰ ਜੀ, ਜਿਹੜੀਆਂ ਇਤਰਾਜ਼ ਸੋਧਾ ਕਰਨ ਲਈ ਦੇ ਦਿੱਤੇ, ਜਮ੍ਹਾਂ ਕਰਾ ਦਿੱਤੇ। ਜਿਹੜੀ ਕੱਲ੍ਹ ਲਿਸਟ ਪਈ ਆ ਉਹਦੇ 'ਚ ਕਈ ਸਾਥੀਆਂ ਦੇ ਨਾਂ ਹੀ ਹੈ ਨਹੀਂ ਗੇ। ਕਿੱਡੀ ਸੋਚਣ ਵਾਲੀ ਗੱਲ ਆ। ਜਿਹੜਾ ਬੰਦਾ 2004 ਦੇ ਵਿੱਚ ਆ ਨੌਕਰੀ ਵਿੱਚ, ਉਹ 2004 ਦੇ ਵਿੱਚ ਜੁਆਇਨ ਕੀਤਾ, ਉਹ 2001 ਵਾਲੀ ਲਿਸਟ 'ਚ ਕਿੱਦਾਂ ਪੈ ਗਿਆ? ਜਿਹੜਾ ਬੰਦਾ 2097 ਦਾ ਆਇਆ, 2001 ਤੋਂ ਪਿੱਛੇ ਕਿੱਦਾਂ ਲੱਗ ਗਿਆ? ਇਹ ਗੱਲ ਸਾਨੂੰ ਨਹੀਂ ਸਮਝ ਆਉਂਦੀ ਵੀ ਇਹ ਕਿਹੜੇ ਫਾਰਮੂਲੇ ਵਰਤਦੇ ਆ।